ਭਾਫ਼ ਦੇ ਨਾਲ ਕੋਈ ਪੱਕਦਾ ਲੰਗਰ ਕਹਿੰਦੇ ਇੱਥੇ, ਅਤੇ ਉਹ ਆਪਾਂ ਵੇਖ ਲਈਆ ਵੇਖ। ਇੱਕ ਨਾ ਟਰਾਲੀ ਆ ਇੱਦਾਂ ਕਰਕੇ ਟਰਾਲੀ ਦੇ ਨਾਲ, ਅਤੇ ਆਹ ਵੇਖਿਆ ਵੀ ਬੇਗੇ ਬਣੇ ਨੇ, ਇਹਨਾਂ 'ਚ ਦਾਲਾਂ ਬਣਦੀਆਂ, ਚੌਲ ਬਣਦੇ। ਆਹ ਵੇਖ ਪਿੰਡ ਹੈਗਾ ਸੇ, ਸੇ ਪਿੰਡ ਦੀ ਇਹ ਯਾਨੀ ਕਿ ਉਹ ਪ੍ਰੋਪਰਟੀ ਕਹਿ ਲਈ ਆਪਾਂ। ਅੱਗੇ ਲੰਗਰ ਲੱਗਾ ਇਹਨਾਂ ਦਾ, ਅਤੇ ਆਪਾਂ ਮਾੜਾ ਵੇਖੀਏ ਆ ਕਿਵੇਂ ਮਤਲਬ ਤੁਰਦਾ ਫਿਰਦਾ, ਦੇਗੇ ਕਿਵੇਂ ਚੱਲਦੇ ਨੇ। ਆ ਜਾ ਲੈ ਇੱਧਰੋਂ ਦੀ ਨਿਕਲਿਆ, ਬਾਪੂ ਜੀ ਨਾਲ ਗੱਲ ਕਰ ਲਈਏ। ਸਤਿ ਸ਼੍ਰੀ ਅਕਾਲ ਬਾਪੂ ਜੀ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਬਸ ਬੈਠੋ, ਬਾਪੂ ਜੀ ਗੱਲ ਹੀ ਕਰਨੀ ਸੀ ਤੁਹਾਡੇ ਨਾਲ ਮਾੜੀ ਜੀ। ਇੱਕ ਵਾਰੀ ਪਹਿਲਾਂ ਉੱਤੇ ਵਿਖਾਈਏ ਅਸੀਂ। ਆਹ ਵੇਖੋ ਤੁਸੀਂ ਜਿਵੇਂ ਥੱਲੇ ਨਾ ਪੂਰਾ ਟਰੱਕ ਦਾ ਹੈਗਾ ਏ, ਦੋ ਟਰਾਲੀਆਂ ਜਿੰਨੀ ਜਗ੍ਹਾ ਹੋਣੀ ਹੈ, ਅਤੇ ਇਹ ਦੇਗੇ ਬਣੇ ਨੇ ਨਾਲ, ਇਹਨਾਂ ਨੂੰ ਚੁੱਕਣ ਦੀ ਵੀ ਲੋੜ ਨਹੀਂ ਪੈਂਦੀ ਹੋਣੀ। ਆਵੇ ਇੱਕ ਸਾਈਡ ਦੇ ਉੱਤੇ ਨਾ ਉਹ ਹੈਂਡਲ ਲੱਗੇ ਨੇ, ਇੱਦਾਂ ਹੀ ਪਲਟੀ ਹੋ ਜਾਂਦੇ ਨੇ ਦੂਜੇ ਉਹਦੇ ਪਾਸੇ।